लुधियाना विखे अपनी जान ते खेड के बच्चे अते नौजवान गर्मी तो बचण लई नहाउंदे ने नहर च, पर किसे वेले भी वापर सकता है वड्डा हादसा। जी हाँ, लुधियाना ते नाल लगदे इलाकियां विच जिथों नहर लंघदी है उत्थे नौजवान अते कुछ बच्चे गर्मी तो बचण लई अक्सर नहाउंदे विखाई दिंदे ने, पर लुधियाना दे गिल ओवर ब्रिज नेड़े बच्चे रेलवे लाइना ते चढ़ के नहर च छाला मारदे ने ते प्रशासन इस तों बेखबर है। जो कि पुलिस मुलाजमा का कहना है कि उन्होंने जाते ही सारे बच्चे भज जाते हैं। यह है लुधियाना गिल नहर दिया तस्वीर। ट्रेन लंघ रही है ते बच्चे नहर च छाला मार रहे ने। इत्थे किसी भी समय वड्डा हादसा वापर सकता है, पर प्रशासन बेखबर है। जो कि इत्थे नहाउण आउण वाले नौजवानों का कहना है कि वह बच्चों नूं रोकदे ने, पर बच्चे नहीं रुकते। उन्हों का कहना है कि गर्मी तो राहत पाउण लई वह कित्थे जाणगे। जदों इस संबंधी डुगरी पुलिस स्टेशन दे जांच अधिकारी नाल गलबात कीती गई तां उन्हां कहा कि पुलिस दे कोल होर भी काम हुंदे ने। नाल उन्हां कहा कि जिन्नी उन्हां दे इलाके दे विच नहर लंघदी है उत्थे पीसीआर टीमां भेजियां जांदियां ने, पर पुलिस मुलाजमां नूं वेख के बच्चे अते नौजवान भज जांदे ने। इस करके इन्हां ते काबू पाउण लई उन्हां नूं काफी मुश्किलां दा सामना करना पैंदा है। ਨਹਿਰ ਚ ਨਹਾਉਂਦੇ ਆ ਸਾਡੀ ਮਤਲਬ ਥਾਣੇ ਵੱਲੋਂ ਜੋ ਵੀ ਟੀਮਾਂ ਅਸੀਂ ਬਣਾ ਕੇ ਉੱਥੇ ਭੇਜੀ ਦੀਆਂ ਵੀ ਇਹਨਾਂ ਨੂੰ ਸਮਝਾਇਆ ਜਾ ਕੇ ਵੀ ਜਿਹੜਾ ਵੀ ਇਹ ਖਤਰਨਾਕ ਆ, ਪਰ ਫਿਰ ਵੀ ਇਹ ਸਮੇਂ ਸਮੇਂ ਜਦੋਂ ਸਾਡੀਆਂ ਟੀਮਾਂ ਪਹੁੰਚਦੀਆਂ ਉੱਥੇ ਨਹਿਰ 'ਤੇ ਇਹ ਸਾਨੂੰ ਦੇਖ ਕੇ ਭੱਜ ਜਾਂਦੇ ਆ, ਅਤੇ ਉਸ ਤੋਂ ਬਾਅਦ ਫਿਰ ਅਸੀਂ ਪੂਰੀ ਕੋਸ਼ਿਸ਼ ਕਰੀ ਦੀ ਆ ਵੀ ਇਹਨਾਂ ਨੂੰ ਸਮਝਾਇਆ ਜਾਏ ਵੀ ਇਹ ਖਤਰਨਾਕ ਆ, ਵੀ ਕੱਲ੍ਹ ਨੂੰ ਕੋਈ ਗੱਲਬਾਤ ਹੋ ਜਾਵੇ ਵੀ ਤੁਹਾਡਾ ਨੁਕਸਾਨ ਹੋਊਗਾ, ਪਰ ਇਹ ਭੱਜ ਜਾਂਦੇ ਜਦੋਂ ਮੌਕੇ ਤੋਂ। ਫਿਰ ਅਸੀਂ ਫਿਰ ਵੀ ਆਪਣਾ ਪੂਰਾ ਧਿਆਨ ਰੱਖਿਆ ਜਾ ਰਿਹਾ, ਹੁਣ ਜੋ ਵੀ ਆ ਸਾਡੇ ਕੋਲ ਏਰੀਆ ਜਿੰਨਾ ਆ ਪੂਰੀ ਹੁਣ ਨਹਿਰ ਦਾ ਏਰੀਆ ਹੁਣ ਇਹ ਥਾਣੇ ਵਾਈਜ਼ ਵੰਡਿਆ ਹੋਇਆ, ਅਤੇ ਉਹ ਜਦੋਂ ਸਾਡਾ ਜਿੰਨਾ ਕੁ ਏਰੀਆ ਲੱਗਦਾ ਸੀ ਉਨੇ ਕੁ ਦਾ ਧਿਆਨ ਰੱਖੀ ਦਾ ਫਿਰ ਵੀ ਪੂਰਾ, ਤਾਂ ਕਿ ਇਹਨਾਂ ਨੂੰ ਬਚਾਇਆ ਜਾ ਸਕੇ ਬੰਦੇ ਨੂੰ। ਉਹਦੇ 'ਤੇ ਵੀ ਅਸੀਂ ਪੂਰਾ ਧਿਆਨ ਰੱਖੀ ਦਾ, ਫਿਰ ਵੀ ਉਹੀ ਆ ਵੀ ਹੁਣ ਪੁਲਿਸ ਜਿਹੜੀ ਆ ਹੁਣ ਸਾਨੂੰ ਵੀ ਕੰਮ ਹੋਰ ਵੀ ਬੜੇ ਪਏ ਰਹਿੰਦੇ ਆ, ਅਤੇ ਅਸੀਂ ਹਰ ਵੇਲੇ 'ਤੇ ਉੱਥੇ ਧਿਆਨ ਨਹੀਂ ਰੱਖ ਸਕਦੇ। ਫਿਰ ਵੀ ਅਸੀਂ PCR ਵਾਲਿਆਂ ਨੂੰ ਕਿਹਾ ਹੋਇਆ ਵੀ ਆਉਂਦੇ ਜਾਂਦੇ ਉੱਥੇ ਪੂਰਾ ਧਿਆਨ ਰੱਖੋ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਨੂੰ। ਸੋ ਵੇਖਿਆ ਤੁਸੀਂ ਲਾਈਵ ਤਸਵੀਰਾਂ ਕਿਵੇਂ ਬੱਚੇ ਅਤੇ ਨੌਜਵਾਨ ਆਪਣੀ ਜਾਨ 'ਤੇ ਖੇਡ ਕੇ ਰੇਲਵੇ ਲਾਈਨਾਂ ਤੋਂ ਨਹਿਰ 'ਚ ਛਾਲਾਂ ਮਾਰਦੇ ਨੇ। ਕਿਸੇ ਵੀ ਵੇਲੇ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਹੈ, ਪਰ ਪ੍ਰਸ਼ਾਸਨ ਬੇਖਬਰ ਹੈ ਅਤੇ ਪੁਲਿਸ ਕੋਲ ਇੰਨਾ ਸਮਾਂ ਨਹੀਂ ਕਿ ਉਹਨਾਂ ਬੱਚਿਆਂ 'ਤੇ ਕਾਬੂ ਪਾ ਸਕੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।